चक्कर आ गई। क्या कार कह रहे हो जी? अंदर पता नहीं क्या चीज है, नहीं यार धूप दिखा रहे हैं। तो किसने बोला था, क्या हो गया था यहाँ पे? यहाँ पे कोई चीज है अंदर में। अच्छा, कितनी डेथ हो चुकी है यहाँ पे? यहाँ पे दो डेथ हो गई, चार हो गई जी। चार हो गई साल दे, चार हो गए, 15 दिन दो हो गए। अच्छा, घर भी छोड़ के जा रहे हैं रात को? और रात को घर छोड़ना पड़ता जाता है। क्यों? डर लगता है। क्या है यहाँ पे, क्या है? यहाँ कोई चीज रहता है अंदर में, नहीं पता लगता क्या है। नहीं, रोज रात को छोड़ के कहाँ चले जाते हो फिर? रोज रात को छोड़ के अपने और भाई भाई के घर है, वहाँ चल जाते। कितने घर हैं जो अपना घर छोड़ जाते हैं? यहाँ भी हो गई, एक दो तीन चार घर छोड़ के चले गए। अच्छा, घर छोड़ के चले गए? हाँ जी, घर ऊपर में भी घर इसका अपना है, उधर रहते हैं जाके। तुम क्या लगते हो? ये हमारा भाई है। ये क्या कर रहे थे अब आप? ये तो मना दिखाया सारे पास। अच्छा, किसी बाबा ने बोले? हाँ जी। किधर है बाबा? हाँ जी, बाबा किधर है? बाबा तो अब चले गया है, बाबा कहाँ है? ठीक है। आप ਮੈਂ ਰਵਿੰਦਰ ਸਿੰਘ ਵੀਰੇ। ਅੱਛਾ ਰਵਿੰਦਰ ਸਿੰਘ ਜੀ, ਤੁਸੀਂ ਕਿਹੜੀ ਕਲੋਨੀ ਚ ਰਹਿੰਦੇ ਹੋ? ਇਹੀ ਕਲੋਨੀ, ਟੱਕਰ ਕਲੋਨੀ ਦਾ ਵਸਿੰਦਾ ਜੀ ਮੈਂ। ਅੱਛਾ, ਕੀ ਪ੍ਰੋਬਲਮ ਆ ਰਹੀ ਯਾਰ ਕਈ ਦਿਨਾਂ ਤੋਂ? ਬਸ ਲੋਕ ਅੰਧ ਵਿਸ਼ਵਾਸ ਕਰ ਰਹੇ ਨੇ ਜੀ, ਸਾਧੂ ਆ ਪੰਡਤਾਂ ਪੁੰਡਤਾਂ ਨੂੰ ਲਿਆ ਰਹੇ ਨੇ ਜੀ। ਕਿਉਂ, ਕੀ ਹੋਇਆ ਜੀ? ਬਸ ਡੈਥ ਹੋ ਗਈ, ਉਹਦੇ ਕਰਕੇ ਲਿਆ ਰਹੇ ਨੇ ਜੀ। ਅੱਛਾ, ਕੀ ਕਰਦੇ ਨੇ ਜੀ? ਇਹ ਰਾਤੀ ਝਾੜਾ ਭੁੱਸਾ ਕਰਦੇ ਨੇ ਰਾਤ ਨੂੰ ਜੀ। ਤੇ ਘਰ ਛੱਡ ਕੇ ਵੀ ਚਲ ਜਾਂਦੇ? ਹਾਂਜੀ ਹਾਂਜੀ, ਘਰ ਛੱਡ ਕੇ ਚਲ ਜਾਂਦੇ। ਕਿੰਨੇ ਕੁ ਘਰ ਖਾਲੀ ਹੋ ਜਾਂਦੇ ਨੇ ਰਾਤ ਨੂੰ ਇੱਥੋਂ? ਆਹ ਲੈਨ ਤਕਰੀਬਨ ਖਾਲੀ ਹੋ ਜਾਂਦੀ ਹੈ ਜੀ। ਘਰ ਛੱਡ ਕੇ ਚਲੇ ਜਾਂਦੇ, ਕਾਫੀ ਪੂਜਾ ਪਾਠ ਵੀ ਕਰ ਰਹੇ ਸੀ ਇੱਧਰ ਘਰ ਦੇ। ਦੇਖੋ ਜੀ, ਇਸ਼ੂ ਇੱਥੇ ਇੱਕ ਮੌਤ ਹੋਈ ਹੈ ਪਹਿਲਾਂ, ਮੌਤ ਜਿਹੜੀ ਕਿਸੇ ਬਿਮਾਰੀ ਕਾਰਨ ਵੀ ਹੋ ਸਕਦੀ, ਲੇਕਿਨ ਇੱਥੇ ਡਰ ਦਾ ਮਾਹੌਲ ਤਾਂ ਪੈਦਾ ਹੋ ਗਿਆ, ਜਿਹੜੇ ਪਖੰਡੀ ਸਾਧੂ ਨੇ ਜਾਂ ਕੋਈ ਵੀ ਕਿਸੇ ਕਿਸਮ ਦਾ ਕੋਈ ਆਪਣੇ ਪੈਸੇ ਦੇ ਲਾਲਚ ਵਿੱਚ ਕੰਮ ਕਰ ਰਿਹਾ, ਉਹਨਾਂ ਦੇ ਸ਼ਿਕੰਜੇ 'ਚ ਆ ਗਏ ਨੇ। ਗੱਲ ਇੱਥੇ ਕਹਾਣੀ ਕੁਛ ਨਹੀਂ, ਕੋਈ ਇੱਥੇ ਭੂਤ ਨਹੀਂ, ਕੋਈ ਇੱਥੇ ਪ੍ਰੇਤ ਨਹੀਂ, ਕੋਈ ਇੱਥੇ ਗੱਲ ਨਹੀਂ, ਕੋਈ ਇੱਥੇ ਬਾਤ ਨਹੀਂ। ਜੇ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਇਹ ਘਰ ਵਾਲਿਆਂ ਨੂੰ, ਸਾਡੀ ਜੋ ਪ੍ਰਧਾਨ ਜੀ ਸਾਡੇ ਨਾਲ ਖੜ੍ਹੇ ਨੇ, ਇੱਧਰ ਵਾਈਸ ਪ੍ਰਧਾਨ ਖੜ੍ਹੇ ਨੇ, ਅਸੀਂ 24 ਘੰਟੇ ਇਹਨਾਂ ਦੀ ਮਦਦ ਨੂੰ ਤਿਆਰ ਹਾਂ। ਸਾਨੂੰ ਰਾਤ ਨੂੰ ਫੋਨ ਕਰਨ, ਸਾਨੂੰ ਦਿਨੇ ਕਰਨ। ਜੇ ਇਹਨਾਂ ਨੂੰ ਨਹੀਂ ਵਿਸ਼ਵਾਸ ਆ ਰਿਹਾ ਤਾਂ ਅਸੀਂ ਇੱਥੇ ਰਾਤ ਇਹਦਾ ਕੋਲ ਰਹਿ ਵੀ ਸਕਦੇ ਹਾਂ, ਸੌਂ ਵੀ ਸਕਦੇ ਹਾਂ। ਸਾਨੂੰ ਜਿਵੇਂ ਹੁਕਮ ਦੇਣਗੇ ਅਸੀਂ ਉੱਦਾਂ ਹੀ ਕਰ ਸਕਦੇ ਹਾਂ। ਸ਼ਹਿਰ ਵੱਲੋਂ ਅਸੀਂ ਇਹੀ ਅਪੀਲ ਕਰਦੇ ਹਾਂ ਮੁਹੱਲਾ ਨਿਵਾਸੀਆਂ ਨੂੰ ਵੀ ਵਹਿਮ ਭਰਮਾਂ 'ਚ ਨਾ ਪਾਓ, ਨਾ ਨਿੰਬੂ ਟੰਗੋ, ਨਾ ਕਾਲੀਆਂ ਮਿਰਚਾਂ ਟੰਗੋ, ਨਾ ਇੱਥੇ ਲਾਲ ਮਿਰਚਾਂ ਟੰਗੋ। ਇੱਥੇ ਕੁਛ ਨਹੀਂ ਹੈਗਾ, ਇਹ ਸਿਰਫ ਜਿਹੜੇ ਜਿਨ੍ਹਾਂ ਨੇ ਪੈਸੇ ਬਣਾਉਣ ਖਾਤਰ 4-5 ਬੰਦੇ ਜਾਂ ਕੋਈ ਸਾਧੂ ਜਾਂ ਕੁਛ ਵੀ ਕਿੱਦਾਂ ਦੇ ਹੋਣੇ ਨੇ ਉਹ ਪਖੰਡੀ ਸਾਧੂ, ਉਹਨਾਂ ਦਾ ਇਹ ਜਾਲ ਫੈਲਾ ਲਿਆ। ਪਰ ਇਹ ਜਾਲ ਨੂੰ ਘਟਾਉਣ ਲਈ ਅਸੀਂ ਆਏ ਹਾਂ। ਅਸੀਂ ਇਹਨਾਂ ਨੂੰ ਮੁਹੱਲੇ ਵਾਲਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਸਾਡੀ ਜਿੰਨੀ ਵੀ ਸਹਾਇਤਾ ਲੈ ਸਕਦੇ ਤੁਸੀਂ ਲਓ, ਅਸੀਂ ਇਹਨਾਂ ਨੂੰ ਭਜਾਉਣਾ ਚਾਹੁੰਦੇ ਹਾਂ। ਪ੍ਰਧਾਨ ਜੀ, ਜਿਹੜੇ ਕਲੋਨੀ ਵਾਸੀਆਂ ਨੂੰ ਜਿਹੜਾ ਵਹਿਮ ਪਿਆ ਹੋਇਆ, ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ? ਇਹਦੇ ਬਾਰੇ ਜੀ, ਰਾਤ ਹੀ ਪਤਾ ਲੱਗਿਆ, ਰਾਤ ਟੱਕਰ ਕਲੋਨੀ ਦੇ ਵਿੱਚ 2 ਮੌਤਾਂ ਹੋ ਗਈਆਂ, 1 ਦਿਨ ਪਹਿਲਾਂ ਅਤੇ 1 ਥੋੜ੍ਹੇ ਦਿਨ ਪਹਿਲਾਂ ਹੋਈ ਆ। ਵੀ 2 ਜਿਹੜੀਆਂ ਹੋਈਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਸੀ, ਵੀ ਇਹਦੇ ਬਾਰੇ ਵੀ ਤੁਹਾਨੂੰ ਕੁਛ ਪਤਾ ਤੁਸੀਂ ਉਹਦੇ ਬਾਰੇ ਕੀ? ਵੀ ਉੱਧਰ ਲੋਕ ਘਰ ਛੱਡ ਛੱਡ ਕੇ ਜਾ ਰਹੇ ਨੇ। ਮੈਂ ਕਿਹਾ ਵੀ ਸਾਡੇ ਇਹ ਮਸਲਾ ਹਜੇ ਤੱਕ ਧਿਆਨ 'ਚ ਨਹੀਂ ਸੀਗਾ, ਅਤੇ ਉਹਨਾਂ ਦੇ ਦੱਸਣ 'ਤੇ ਧਿਆਨ 'ਚ ਆਇਆ, ਅਤੇ ਅੱਜ ਜਦੋਂ ਅਖਬਾਰ ਦੇ ਵਿੱਚ ਖਬਰ ਪੜ੍ਹੀ ਵੀ ਇਸ ਢੰਗ ਨਾਲ ਲੋਕ ਉੱਥੇ ਦਹਿਸ਼ਤ ਦਾ ਮਾਹੌਲ ਆ, ਜਦੋਂ ਆ ਕੇ ਦੇਖਿਆ ਤਾਂ ਜਿਹੜੇ ਘਰ ਦੇ ਵਿੱਚ 2 ਮੌਤਾਂ ਹੋਈਆਂ ਉੱਥੇ ਸਾਨੂੰ ਇੱਕ ਲੇਡੀਜ਼ ਮਿਲੇ ਉਸੇ ਪਰਿਵਾਰ ਦੇ, ਉਹ ਕਹਿੰਦੇ ਵੀ ਇੱਥੇ ਇਹੋ ਜਿਹੀ ਕੋਈ ਗੱਲਬਾਤ ਨਹੀਂ, ਵੀ ਮੈਂ ਸਾਡੇ ਘਰ ਦੇ ਜਿਹੜਾ ਸੀਗਾ ਵੀ ਹਲਵਾਈ ਦਾ ਕੰਮ ਕਰਦੇ, ਅਤੇ ਮੈਂ ਇਕੱਲੀ ਇੱਥੇ ਰਹਿੰਦੀ ਹਾਂ, ਵੀ ਸਾਨੂੰ ਨਾ ਕਦੇ ਕੋਈ ਇਹੋ ਜਿਹੀ ਚੀਜ਼ ਦੇਖਣ ਵਾਲੀ ਮਿਲੀ ਆ। ਅਤੇ ਫਿਰ ਜਦੋਂ ਅਸੀਂ ਥੋੜ੍ਹਾ ਹੋਰ ਅੱਗੇ ਗਏ, ਜਿਹੜੇ 2-3 ਘਰਾਂ ਦੀ ਗੱਲ ਕਰਦੇ ਸੀ ਵੀ ਇਸ ਘਰਾਂ ਵਾਲੇ ਵੀ ਰਾਤਾਂ ਜਿਹੜੀਆਂ ਬਾਹਰ ਕੱਢਦੇ ਆ, ਉੱਥੇ ਉਸੇ ਘਰਾਂ ਦੇ ਨਾਲ ਦੇ ਜਿਹੜਾ ਸੀਗੇ ਮਿਲੇ ਜ਼ਿਆਦਾਤਰ, ਕਿਉਂਕਿ ਇੱਥੇ ਪ੍ਰਵਾਸੀ ਮਜ਼ਦੂਰਾਂ ਦੇ ਘਰ ਨੇ, ਉਹ ਮਿਲੇ ਤਾਂ ਚਲੋ। ਇਹਦੇ 'ਚ ਵੀ ਜਿਹੜੀ ਗੱਲ ਹੈਗੀ ਆ ਵੀ ਉਹ 2 ਗੱਡੀਆਂ ਦੇ ਵਿੱਚ ਆਏ, ਅਤੇ 1 ਗੱਡੀ 'ਚ ਪਤਾ ਲੱਗਿਆ ਸਾਨੂੰ ਵੀ ਗੱਡੀ ਪਿੱਛੇ ਰੋਕ ਲਈ ਕੋਈ ਬਾਬਾ ਵਗੈਰਾ ਲੈ ਕੇ ਆਏ ਨੇ। ਪਤਾ ਜਦੋਂ ਲੱਗਿਆ ਵੀ ਤਰਕਸ਼ੀ ਸੋਸਾਇਟੀ ਦੇ ਵਰਕਰ ਉੱਥੇ ਆਏ ਹੋਏ, ਤਰਕਸ਼ੀ ਸੋਸਾਇਟੀ ਦੀ ਟੀਮ ਪਹੁੰਚੀ ਹੋਈ ਆ, ਉਹ ਪਿੱਛੇ ਹੀ ਕਿਸੇ ਘਰ ਦੇ ਵਿੱਚ ਲੁਕੋ ਦਿੱਤਾ ਗਿਆ।
ਤੇ ਅਸੀਂ ਤੇ ਚਲੋ ਉੱਥੇ ਹੋਈ ਜਦੋਂ ਉਹਨਾਂ ਮਹੱਲਾ ਨਿਵਾਸੀਆਂ ਨਾਲ ਗੱਲ, ਉੱਥੇ ਉਹਨਾਂ ਨੇ ਜਾਣੀ ਨਾ ਤਾਂ ਸਿੱਧਾ ਉਸ ਪਾਸੇ ਨੂੰ ਆਏ, ਨਹੀਂ ਜੀ ਸਾਨੂੰ ਤਾਂ ਕੋਈ ਇਹੋ ਜਿਹੀ ਗੱਲ ਨਹੀਂ, ਬੱਚੇ ਡਰਦੇ ਆ ਅਤੇ ਕਿਉਂਕਿ ਇਹ ਜ਼ਿਆਦਾ ਇਹਨਾਂ ਲੋਕਾਂ ਦੇ ਵਿੱਚ, ਕਿਉਂਕਿ ਜਿਹੜੇ ਹੈਗੇ ਇਹ ਆਪਣੇ ਬਿਹਾਰ ਕਮਿਊਨਿਟੀ ਦੇ ਲੋਕ ਉੱਧਰਲੇ ਹੈਗੇ, ਇਹ ਥੋੜ੍ਹਾ ਇਹਨਾਂ 'ਚ ਅੰਧ ਵਿਸ਼ਵਾਸਾਂ ਦੇ ਵਿੱਚ ਵੀ ਜ਼ਿਆਦਾ ਉਹ ਰੱਖਦੇ ਹੈਗੇ ਆ ਵਿਸ਼ਵਾਸ। ਅਤੇ ਫਿਰ ਅਸੀਂ ਥੋੜ੍ਹਾ ਨਾਲੇ, ਸਾਡਾ ਇੱਕ ਮੈਂਬਰ ਨੇ ਮੋਹਨ ਲਾਲ ਜੀ, ਇਹਨੇ ਦੁਕਾਨ 'ਤੇ ਜਾ ਬੈਠੇ, ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜਾ ਬਾਬਾ ਆਇਆ ਆਪਣੀ ਦੁਕਾਨਦਾਰੀ ਚਲਾਉਣ ਵੀ ਇਹ, ਕਿਉਂਕਿ ਜੇ ਤਾਂ ਉਹ ਹੁੰਦਾ ਉਹਦੇ ਵਿੱਚ ਕੋਈ ਗੱਲਬਾਤ ਹੈ ਤਾਂ ਉਹ ਲੋਕਾਂ ਦੇ ਸਾਹਮਣੇ ਆਉਂਦਾ, ਅਤੇ ਇਹ ਮਹੱਲਾ ਨਿਵਾਸੀਆਂ ਨੂੰ ਵੀ ਉਸ ਗੱਲ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਫ਼ ਹੋ ਜਾਂਦਾ, ਅਤੇ ਅਸੀਂ ਉਹਦੇ ਨਾਲ ਗੱਲਬਾਤ ਕਰਦੇ। ਇਹ ਲੁਕੋਇਆ, ਅਤੇ ਫਿਰ ਜਦੋਂ ਅਸੀਂ ਥੋੜ੍ਹੀ ਦੇਰ ਬਾਅਦ ਆਏ ਹਾਂ ਅਤੇ ਉੱਥੇ ਪਤਾ ਲੱਗਿਆ ਵੀ ਇਸ ਘਰ ਦੇ ਵਿੱਚ ਜਿੱਥੇ ਮੌਤਾਂ ਹੋਈਆਂ ਵੀ ਉੱਥੇ ਆਪਣਾ ਲੱਗੇ ਹੋਇਆ ਕੰਮਕਾਰ ਕਰਨ, ਧੂੰਆਂ ਕਾਫ਼ੀ ਉੱਥੋਂ ਨਿਕਲ ਰਿਹਾ ਸੀ। ਫਿਰ ਜਦੋਂ ਅਸੀਂ ਆਏ ਹਾਂ ਅਤੇ ਹੁਣ ਦੇਖਿਆ ਤਾਂ ਵੀ ਉਹ ਕਿਸੇ ਪਰੇ ਹੀ ਘਰ ਦੇ ਵਿੱਚ ਲੁਕੋਇਆ। ਹੋਰ ਇੱਥੇ ਇਹੋ ਜਿਹੀ ਬਹਿ, ਜਾਣੀ ਕਿ ਜਿਹੜੀ ਭੂਤ ਪ੍ਰੇਤ, ਅਸੀਂ ਇਹੀ ਮਹੱਲਾ ਨਿਵਾਸੀਆਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਤਰਖੀ ਸੋਸਾਇਟੀ 1984 ਤੋਂ ਇਹੀ ਲੋਕਾਂ ਨੂੰ ਜਾਗਰੂਕ ਕਰਦੀ ਆ ਰਹੀ ਹੈ ਵੀ ਦੁਨੀਆਂ ਦੇ ਉੱਤੇ ਭੂਤ ਪ੍ਰੇਤ ਆਤਮਾ ਨਾਮ ਦੀ ਕੋਈ ਚੀਜ਼ ਨਹੀਂ ਗੀ, ਵੀ ਇਹਨਾਂ ਵਹਿਮਾਂ ਭਰਮਾਂ ਤੋਂ ਬਚਣ, ਵੀ ਇਹਨਾਂ ਦੀ ਜਿਹੜੇ ਆਪਣੀਆਂ ਠੱਗੀ ਠੋਰੀ ਚਲਾ ਰਹੇ ਆ ਇਹਨਾਂ ਨੂੰ ਪਾ ਇਸ ਵਹਿਮਾਂ ਭਰਮਾਂ 'ਚ ਪਾ ਕੇ। ਅਤੇ ਕੁਛ ਇਹੋ ਜਿਹਾ ਵੀ ਲੱਗ ਰਿਹਾ ਸਾਨੂੰ ਇੱਥੇ ਨਾ ਕੁਛ ਆਲੇ ਦੁਆਲੇ ਛਾਤਰ ਬੰਦੇ ਵੀ ਹੈਗੇ, ਜਿਹੜਾ ਵੀ ਉਹਨਾਂ ਦੀ ਕੋਈ ਮਨਸ਼ਾ ਹੋਰ ਵੀ ਹੋ ਸਕਦੀ ਹੈ ਵੀ ਡਰਾ ਧਮਕਾ ਕੇ ਵੀ ਇੱਥੋਂ ਜਿਹੜਾ ਸੀ ਇਹ ਵਹਿਮ ਭਰਮ 'ਚ ਪੈ ਕੇ ਇਹ ਲੋਕ ਘਰ ਖਾਲੀ ਕਰਕੇ ਚਲੇ ਜਾਣ। ਪ੍ਰਧਾਨ ਜੀ, ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਵੀ ਸਰਕਾਰ ਜਿਹੜੀ ਹੈ ਬੰਦਿਆਂ ਨੂੰ ਐਜੂਕੇਟ ਕਰਨ ਦੇ ਵਿੱਚ ਨਾਕਾਮ ਰਹੀ ਹੈ? ਬਿਲਕੁਲ ਜੀ, ਸਰਕਾਰਾਂ ਦੇ ਏਜੰਡੇ 'ਤੇ ਇਹ ਹੈਗਾ ਵਾ ਵੀ ਉਹ ਚਾਹੁੰਦੀਆਂ ਨੇ, ਸਰਕਾਰਾਂ ਚਾਹੁੰਦੀਆਂ ਨੇ ਵੀ ਲੋਕ ਪੜ੍ਹ ਲਿਖ ਜਾਣ, ਜੇ ਪੜ੍ਹ ਲਿਖ ਗਏ ਤਾਂ ਇਹਨਾਂ ਨੂੰ ਜਾਗਰੂਕਤਾ ਆ ਗਈ, ਇਹ ਚੰਗਾ ਮਾੜਾ ਆਪਣਾ ਸਮਝਣ ਲੱਗ ਜਾਣਗੇ। ਉਹ ਰਹਿੰਦੇ ਸਰਕਾਰਾਂ ਸੋਚਦੀਆਂ ਵੀ ਜਿਹੜਾ ਅਸੀਂ ਬਸ ਇਹਨਾਂ ਦਾ ਮਾਨਸਿਕ ਪੱਧਰ ਆ ਥੱਲੇ ਹੀ ਰਹੇ ਅਤੇ ਪੜ੍ਹ ਲਿਖ ਕੇ ਕੋਈ ਚੰਗੀ ਸਰਕਾਰ ਨਾ ਚੁਣ ਸਕਣ। ਠੀਕ ਹੈ।